ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਬਟਾਲਾ ਸ਼ਹਿਰ 'ਚ ਜੋੜ ਮੇਲਾ ਚੱਲ ਰਿਹਾ ਅਤੇ ਅੱਜ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਾਰਾਤ ਰੂਪੀ ਨਗਰ ਕੀਰਤਨ ਰਵਾਨਾ ਹੋਇਆ ਜੋ ਦੇਰ ਰਾਤ ਬਟਾਲਾ ਨਗਰ 'ਚ ਆਵੇਗਾ ਅਤੇ ਕੱਲ੍ਹ ਵਿਆਹ ਪੁਰਬ ਨੂੰ ਲੈ ਕੇ ਮਹਾਨਗਰ ਕੀਰਤਨ ਬਟਾਲਾ 'ਚ ਸਜਾਇਆ ਜਾਵੇਗਾ ਅਤੇ ਉਸ ਦੀਆਂ ਤਿਆਰੀਆਂ ਹੁਣ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਬਟਾਲਾ ਅਤੇ ਨਜ਼ਦੀਕੀ ਪਿੰਡਾਂ ਦੇ ਲੋਕ ਜੁਟੇ ਹੋਏ ਨੇ ਅਤੇ ਪਿੰਡ ਸਰਵਾਲੀ 'ਚ ਚੱਲ ਰਹੇ ਮਾਤਾ ਸੁਲੱਖਣੀ ਭਲਾਈ ਕੇਂਦਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ 'ਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤਾਂ ਦੇ ਲਈ ਕੁਇੰਟਲਾਂ ਦੇ ਹਿਸਾਬ ਨਾਲ ਭਾਜੀ ਦੇ ਰੂਪ 'ਚ ਲੱਡੂਆਂ ਦਾ ਪ੍ਰਸ਼ਾਦ ਤਿਆਰ ਕੀਤਾ ਗਿਆ ਜੋ ਕਿ ਹੁਣ ਇਸ ਨਿਸ਼ਕਾਮ ਸੇਵਾ ਦੇ ਰਹੇ ਭਲਾਈ ਕੇਂਦਰ 'ਚ ਸਿਖਲਾਈ ਲਈ ਧੀਆਂ ਵੱਲੋਂ ਆਪ ਹੀ ਇਸ ਪ੍ਰਸ਼ਾਦ ਨੂੰ ਤਿਆਰ ਕਰਨ ਤੋਂ ਲੈ ਕੇ ਪੈਕਿੰਗ ਕਰਕੇ ਆਈ ਸੰਗਤਾਂ ਨੂੰ ਵੰਡਣ ਤੱਕ ਦੀ ਜ਼ਿੰਮੇਵਾਰੀ ਲਈ ਗਈ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਬਟਾਲਾ ਸ਼ਹਿਰ 'ਚ ਜੋੜ ਮੇਲਾ ਚੱਲ ਰਿਹਾ ਅਤੇ ਅੱਜ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਾਰਾਤ ਰੂਪੀ ਨਗਰ ਕੀਰਤਨ ਰਵਾਨਾ ਹੋਇਆ ਜੋ ਦੇਰ ਰਾਤ ਬਟਾਲਾ ਨਗਰ 'ਚ ਆਵੇਗਾ ਅਤੇ ਕੱਲ੍ਹ ਵਿਆਹ ਪੁਰਬ ਨੂੰ ਲੈ ਕੇ ਮਹਾਨਗਰ ਕੀਰਤਨ ਬਟਾਲਾ 'ਚ ਸਜਾਇਆ ਜਾਵੇਗਾ ਅਤੇ ਉਸ ਦੀਆਂ ਤਿਆਰੀਆਂ ਹੁਣ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਬਟਾਲਾ ਅਤੇ ਨਜ਼ਦੀਕੀ ਪਿੰਡਾਂ ਦੇ ਲੋਕ ਜੁਟੇ ਹੋਏ ਨੇ ਅਤੇ ਪਿੰਡ ਸਰਵਾਲੀ 'ਚ ਚੱਲ ਰਹੇ ਮਾਤਾ ਸੁਲੱਖਣੀ ਭਲਾਈ ਕੇਂਦਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ 'ਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤਾਂ ਦੇ ਲਈ ਕੁਇੰਟਲਾਂ ਦੇ ਹਿਸਾਬ ਨਾਲ ਭਾਜੀ ਦੇ ਰੂਪ 'ਚ ਲੱਡੂਆਂ ਦਾ ਪ੍ਰਸ਼ਾਦ ਤਿਆਰ ਕੀਤਾ ਗਿਆ ਜੋ ਕਿ ਹੁਣ ਇਸ ਨਿਸ਼ਕਾਮ ਸੇਵਾ ਦੇ ਰਹੇ ਭਲਾਈ ਕੇਂਦਰ 'ਚ ਸਿਖਲਾਈ ਲਈ ਧੀਆਂ ਵੱਲੋਂ ਆਪ ਹੀ ਇਸ ਪ੍ਰਸ਼ਾਦ ਨੂੰ ਤਿਆਰ ਕਰਨ ਤੋਂ ਲੈ ਕੇ ਪੈਕਿੰਗ ਕਰਕੇ ਆਈ ਸੰਗਤਾਂ ਨੂੰ ਵੰਡਣ ਤੱਕ ਦੀ ਜ਼ਿੰਮੇਵਾਰੀ ਲਈ ਗਈ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਬਟਾਲਾ ਸ਼ਹਿਰ 'ਚ ਜੋੜ ਮੇਲਾ ਚੱਲ ਰਿਹਾ ਅਤੇ ਅੱਜ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਾਰਾਤ ਰੂਪੀ ਨਗਰ ਕੀਰਤਨ ਰਵਾਨਾ ਹੋਇਆ ਜੋ ਦੇਰ ਰਾਤ ਬਟਾਲਾ ਨਗਰ 'ਚ ਆਵੇਗਾ ਅਤੇ ਕੱਲ੍ਹ ਵਿਆਹ ਪੁਰਬ ਨੂੰ ਲੈ ਕੇ ਮਹਾਨਗਰ ਕੀਰਤਨ ਬਟਾਲਾ 'ਚ ਸਜਾਇਆ ਜਾਵੇਗਾ ਅਤੇ ਉਸ ਦੀਆਂ ਤਿਆਰੀਆਂ ਹੁਣ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਬਟਾਲਾ ਅਤੇ ਨਜ਼ਦੀਕੀ ਪਿੰਡਾਂ ਦੇ ਲੋਕ ਜੁਟੇ ਹੋਏ ਨੇ ਅਤੇ ਪਿੰਡ ਸਰਵਾਲੀ 'ਚ ਚੱਲ ਰਹੇ ਮਾਤਾ ਸੁਲੱਖਣੀ ਭਲਾਈ ਕੇਂਦਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ 'ਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤਾਂ ਦੇ ਲਈ ਕੁਇੰਟਲਾਂ ਦੇ ਹਿਸਾਬ ਨਾਲ ਭਾਜੀ ਦੇ ਰੂਪ 'ਚ ਲੱਡੂਆਂ ਦਾ ਪ੍ਰਸ਼ਾਦ ਤਿਆਰ ਕੀਤਾ ਗਿਆ ਜੋ ਕਿ ਹੁਣ ਇਸ ਨਿਸ਼ਕਾਮ ਸੇਵਾ ਦੇ ਰਹੇ ਭਲਾਈ ਕੇਂਦਰ 'ਚ ਸਿਖਲਾਈ ਲਈ ਧੀਆਂ ਵੱਲੋਂ ਆਪ ਹੀ ਇਸ ਪ੍ਰਸ਼ਾਦ ਨੂੰ ਤਿਆਰ ਕਰਨ ਤੋਂ ਲੈ ਕੇ ਪੈਕਿੰਗ ਕਰਕੇ ਆਈ ਸੰਗਤਾਂ ਨੂੰ ਵੰਡਣ ਤੱਕ ਦੀ ਜ਼ਿੰਮੇਵਾਰੀ ਲਈ ਗਈ ਹੈ।